ਮਾਨਯੋਗ ਡੀਜੀਪੀ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਜੋ ਸਮੇਂ ਸਮੇਂ ਤੇ ਦਿਸ਼ਾ ਨਿਰਦੇਸ਼ ਮਿਲ ਰਿਹਾ ਕਿ ਨਸ਼ਾ ਸਮਗਲਰਾਂ ਤੇ ਜਿਹੜੇ ਉਹਨਾਂ ਦੇ ਅੱਗੋਂ ਪੈਡਲਰ ਨੇ ਉਹਨਾਂ ਉੱਤੇ ਜੋ ਜਲੰਧਰ ਦਿਹਾਤੀ ਪੁਲਿਸ ਵੱਲੋਂ ਸ਼ਿਕੰਜਾ ਕੱਸਿਆ ਹੋਇਆ, ਜੋ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਨਪ੍ਰੀਤ ਸਿੰਘ ਖੱਖ ਸਾਹਿਬ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਹਲਕਾ ਸਬ ਡਿਵੀਜ਼ਨ ਫਲੌਰ ਸ਼੍ਰੀ ਸਰਵਜੀਤ ਸਿੰਘ, ਜੋ ਮੇਰੇ ਥਾਣਾ ਫਲੌਰ ਦੇ ਚੌਂਕੀ ਇੰਚਾਰਜ ਅਪਰਾਵਲ ਸੁਖਵਿੰਦਰ ਪਾਲ ਸਿੰਘ, ਸਬ ਇੰਸਪੈਕਟਰ ਤੇ ਉਸਦੀ ਪੁਲਿਸ ਪਾਰਟੀ ਵੱਲੋਂ ਜੋ ਤਿੰਨ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਗਿਆਨ ਚੰਦ ਸਨ ਆਫ ਜੀਤ ਰਾਮ ਅਤੇ ਇਸ ਦਾ ਲੜਕਾ ਦਰਬਾਰਾ ਤੇ ਇਸ ਦੀ ਵਾਈਫ, ਜੋ ਇਹਨਾਂ ਪਾਸੋਂ ਜੋ 12 ਗ੍ਰਾਮ ਹੈਰਨ ਤੇ 240 ਗੋਲੀਆਂ ਬਰਾਮਦ ਕੀਤੀਆਂ ਗਈਆਂ। ਜੋ ਇਸੇ ਤਰ੍ਹਾਂ ਹੀ ਅਜੇ ਕੁਮਾਰ ਅਤੇ ਇਸ ਦਾ ਸਾਥੀ ਸਾਹਿਲ, ਜੋ ਸਾਡੇ ਲੋਕਲ ਫਲੋਰ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਵੀ ਕਾਬੂ ਕਰਕੇ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੇ ਖਿਲਾਫ ਵੱਖਰਾ ਮੁਕੱਦਮਾ ਜੋ NDPS ਐਕਟ ਤਹਿਤ ਦਰਜ ਕੀਤਾ ਗਿਆ, ਜੋ ਕੋਰਟ ਵਿੱਚ ਪੇਸ਼ ਕਰਕੇ ਉਹਨਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲਿਆ ਹੋਇਆ। ਅੱਗੋਂ ਹੋਰ ਤਫਤੀਸ਼ ਜਾਰੀ ਹੈ। ਇਹਨਾਂ ਦੇ ਪੁਰਾਣੇ ਮੁਕੱਦਮੇ, ਕੋਈ ਪੁਰਾਣਾ ਰਿਕਾਰਡ? ਹਾਂਜੀ, ਇਹ ਸਾਰੇ ਹੈਲਥਫੁਲ ਅਫੈਂਡਰ ਨੇ, ਇਹਨਾਂ ਦੇ ਖਿਲਾਫ ਕਾਫੀ ਮੁਕੱਦਮੇ ਨੇ। ਇਹ ਨਸ਼ੇ ਦੇ ਆਦੀ ਨੇ ਕਿ ਵੇਚਦੇ ਨੇ? ਜੋ ਆ ਸਾਹਿਲ ਤੇ ਇਹਦਾ ਸਾਥੀ ਆ, ਅਜੇ ਇਹ ਦੋਨੇ ਨਸ਼ਾ ਕਰਦੇ ਨੇ, ਹੋਰ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਆ, ਪਹਿਲਾਂ ਵੀ ਇਹਨਾਂ ਦੇ ਪਰਚੇ ਨੇ ਦਰਜ। ਇਹਨਾਂ ਦੇ ਹੋਰ ਵੀ ਸਾਥੀ ਆ ਜਿਹੜੇ ਹੋਰ ਵੀ ਨਾਲ ਇਹਨਾਂ ਦੇ? ਉਹ ਅਜੇ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਆ, ਸਾਰਾ ਪਤਾ ਕੀਤਾ ਜਾ ਰਿਹਾ। ਕੀ ਰਿਮਾਂਡ ਲਿਆ ਸੀ ਉਹ? ਹਾਂਜੀ, ਪੁਲਿਸ ਰਿਮਾਂਡ ਤੇ ਨੇ, ਚੱਲ ਕਿੰਨੇ ਰਹੇ, ਦਿਨ ਦੇ? 2 ਦਿਨ ਦੇ। 2 ਦਿਨ। ਮਾਨਯੋਗ ਡੀਜੀਪੀ ਪੰਜਾਬ ਤੇ ਪੰਜਾਬ ਸਰਕਾਰ ਵੱਲੋਂ ਜੋ ਸਮੇਂ ਸਮੇਂ ਤੇ ਦਿਸ਼ਾ ਨਿਰਦੇਸ਼ ਮਿਲ ਰਿਹਾ ਕਿ ਨਸ਼ਾ ਸਮਗਲਰਾਂ ਤੇ ਜਿਹੜੇ ਉਹਨਾਂ ਦੇ ਅੱਗੋਂ ਪੈਡਲਰ ਨੇ ਉਹਨਾਂ ਉੱਤੇ ਜੋ ਜਲੰਧਰ ਦਿਹਾਤੀ ਪੁਲਿਸ ਵੱਲੋਂ ਸ਼ਿਕੰਜਾ ਕੱਸਿਆ ਹੋਇਆ, ਜੋ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਨਪ੍ਰੀਤ ਸਿੰਘ ਖੱਖ ਸਾਹਿਬ ਜੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸਾਹਿਬ ਹਲਕਾ ਸਬ ਡਿਵੀਜ਼ਨ ਫਲੌਰ ਸ਼੍ਰੀ ਸਰਵਜੀਤ ਸਿੰਘ, ਜੋ ਮੇਰੇ ਥਾਣਾ ਫਲੌਰ ਦੇ ਚੌਂਕੀ ਇੰਚਾਰਜ ਅਪਰਾਵਲ ਸੁਖਵਿੰਦਰ ਪਾਲ ਸਿੰਘ, ਸਬ ਇੰਸਪੈਕਟਰ ਤੇ ਉਸਦੀ ਪੁਲਿਸ ਪਾਰਟੀ ਵੱਲੋਂ ਜੋ ਤਿੰਨ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਗਿਆਨ ਚੰਦ ਸਨ ਆਫ ਜੀਤ ਰਾਮ ਅਤੇ ਇਸ ਦਾ ਲੜਕਾ ਦਰਬਾਰਾ ਤੇ ਇਸ ਦੀ ਵਾਈਫ, ਜੋ ਇਹਨਾਂ ਪਾਸੋਂ ਜੋ 12 ਗ੍ਰਾਮ ਹੈਰਨ ਤੇ 240 ਗੋਲੀਆਂ ਬਰਾਮਦ ਕੀਤੀਆਂ ਗਈਆਂ। ਜੋ ਇਸੇ ਤਰ੍ਹਾਂ ਹੀ ਅਜੇ ਕੁਮਾਰ ਅਤੇ ਇਸ ਦਾ ਸਾਥੀ ਸਾਹਿਲ, ਜੋ ਸਾਡੇ ਲੋਕਲ ਫਲੋਰ ਦੇ ਰਹਿਣ ਵਾਲੇ ਨੇ, ਇਹਨਾਂ ਨੂੰ ਵੀ ਕਾਬੂ ਕਰਕੇ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੇ ਖਿਲਾਫ ਵੱਖਰਾ ਮੁਕੱਦਮਾ ਜੋ NDPS ਐਕਟ ਤਹਿਤ ਦਰਜ ਕੀਤਾ ਗਿਆ, ਜੋ ਕੋਰਟ ਵਿੱਚ ਪੇਸ਼ ਕਰਕੇ ਉਹਨਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲਿਆ ਹੋਇਆ। ਅੱਗੋਂ ਹੋਰ ਤਫਤੀਸ਼ ਜਾਰੀ ਹੈ। ਇਹਨਾਂ ਦੇ ਪੁਰਾਣੇ ਮੁਕੱਦਮੇ, ਕੋਈ ਪੁਰਾਣਾ ਰਿਕਾਰਡ? ਹਾਂਜੀ, ਇਹ ਸਾਰੇ ਹੈਲਥਫੁਲ ਅਫੈਂਡਰ ਨੇ, ਇਹਨਾਂ ਦੇ ਖਿਲਾਫ ਕਾਫੀ ਮੁਕੱਦਮੇ ਨੇ। ਇਹ ਨਸ਼ੇ ਦੇ ਆਦੀ ਨੇ ਕਿ ਵੇਚਦੇ ਨੇ? ਜੋ ਆ ਸਾਹਿਲ ਤੇ ਇਹਦਾ ਸਾਥੀ ਆ, ਅਜੇ ਇਹ ਦੋਨੇ ਨਸ਼ਾ ਕਰਦੇ ਨੇ, ਹੋਰ ਵੀ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਆ, ਪਹਿਲਾਂ ਵੀ ਇਹਨਾਂ ਦੇ ਪਰਚੇ ਨੇ ਦਰਜ। ਇਹਨਾਂ ਦੇ ਹੋਰ ਵੀ ਸਾਥੀ ਆ ਜਿਹੜੇ ਹੋਰ ਵੀ ਨਾਲ ਇਹਨਾਂ ਦੇ? ਉਹ ਅਜੇ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਆ, ਸਾਰਾ ਪਤਾ ਕੀਤਾ ਜਾ ਰਿਹਾ। ਕੀ ਰਿਮਾਂਡ ਲਿਆ ਸੀ ਉਹ? ਹਾਂਜੀ, ਪੁਲਿਸ ਰਿਮਾਂਡ ਤੇ ਨੇ, ਚੱਲ ਰਹੇ, 2 ਦਿਨ ਦੇ। 2 ਦਿਨ।